ਬਾਬਾ ਬੂਟਾ ਮੱਗਰ 12 ਨੰਬਰ ਦੇ ਬਟਨ ਦਬਾ ਕੇ ਬੈਟ ਦੇ ਮੋਹਰ ਲਾ ਕੇ ਨੀਟੂ ਭਾਜੀ ਨੂੰ ਕਾਮਯਾਬ ਬਣਾਓ। ਨੀਟੂ ਛੱਡਰੇ ਵਾਲਾ ਜਿੱਤ ਗਿਆ ਵੀ ਜਿੱਤ ਗਿਆ ਦੇਖੋ ਮੈਂ ਤਾਂ ਕੁਛ ਨਹੀਂ ਦੇਖਦਾ, ਜਨਤਾ ਦੇਖਦੀ ਪਈ ਮੇਰੇ ਵੱਲ। ਸਾਰਾ ਕੁਛ ਜਨਤਾ ਨੇ ਕੀਤਾ, ਮੈਂ ਕੁਛ ਨਹੀਂ ਕੀਤਾ। ਮੈਨੂੰ ਤਾਂ ਪਤਾ ਵੀ ਨਹੀਂ ਕੀ ਹੁੰਦਾ ਅਤੇ ਕੀ ਨਹੀਂ ਹੁੰਦਾ। ਸਾਰਾ ਕੁਛ ਕਰ ਗਈ ਜਨਤਾ। ਦੇਖੋ ਮੈਂ ਰੱਬ ਦਾ ਨਾਮ ਲਊਂਗਾ, ਉਸ ਤੋਂ ਬਾਅਦ ਆਪਾਂ ਸਾਰੀ ਗੱਲਾਂ ਖੁੱਲ੍ਹ ਕੇ ਕਰਾਂਗੇ, ਦਿਲ ਖੋਲ੍ਹ ਕੇ ਗੱਲਾਂ ਕਰਾਂਗੇ। ਕਿਉਂਕਿ ਇੱਥੇ ਬੈਸਟ ਵਿੱਚ MP ਵੀ ਜਿੱਤਿਆ, MLA ਵੀ ਜਿੱਤਿਆ, ਕੌਂਸਲਰ ਵੀ ਜਿੱਤੇ, ਕਿਸੇ ਨੇ ਕੋਈ ਹਾਲ ਨਹੀਂ ਕੀਤਾ। ਸੋ ਪਹਿਲਾਂ ਰੱਬ ਦਾ ਨਾਮ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਾਰਤ, ਜੈ ਭਗਵਾਨ ਵਾਲਮੀਕ, ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਾਨ, ਹਲਾ ਲੋਈਆ ਗੌਂਸ ਪਾ, ਖੁਸ਼ੀਆਂ ਤੋਂ ਅੱਲਾਹ ਤਾਲਾ ਸਭ ਨੂੰ ਖੁਸ਼, ਜੈ ਮਸੀਦੀ, ਧੰਨ ਕਬੀਰ, ਜੈ ਕਬੀਰ, ਔਰ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਜਕਾਰਾ ਮਾਂ ਚਿੰਤਪੁਰੀ ਦਾ ਬੋਲ, ਤੂੰ ਨਿਰੰਕਾਰ, ਮੈਂ ਤੇਰੀ ਸ਼ਰਨ ਹਾਂ, ਮੈਨੂੰ ਬਖਸ਼ੋ, ਜਕਾਰਾ ਭੋਲੇ ਭੰਡਾਰੀ, ਜਕਾਰਾ ਪੀਰਾ ਫਕੀਰ। ਦੇਖੋ ਜੀ, ਵੱਡੇ ਵੱਡੇ ਜਿਹੜੇ ਕੰਮ ਹੁੰਦੇ ਆ, ਇਹ ਇਕੱਲੇ ਕਦੀ ਨਹੀਂ ਕੋਈ ਕਰ ਸਕਦਾ, ਇਹ ਜਨਤਾ ਹੀ ਹੈ ਜਿਹੜੀ ਕਰਦੀ ਪਈ। ਮੇਰਾ ਮੋਟਰਸਾਈਕਲ ਖਰਾਬ ਸੀਗਾ, ਭਾਅ ਜੀ ਨੇ ਠੀਕ ਕਰਾ ਕੀਤਾ। ਹੁਣ ਮੇਰੇ ਕੁੜਤੇ 1200 ਰੁਪਏ ਦੇ ਬਣੇ ਪਏ ਆ, ਉਹ ਵੀ ਜਨਤਾ ਨੇ ਪਵਾਏ। ਆਹ ਚਸ਼ਮਾ ਮਿੰਟੂ ਐਨਕਾਂ ਵਾਲੇ ਹੈਗੇ, ਉਹਨਾਂ ਨੇ ਦਿੱਤਾ। ਆਹ ਟੋਪੀ ਮੈਨੂੰ ਉੱਥੋਂ ਚੰਡੀਗੜ੍ਹ ਤੋਂ ਮਿਲੀ ਹੈ ਜੀ, ਠੀਕ ਹੈ ਜੀ। ਸਾਰੇ ਲੋਕ ਮੇਰੇ ਨਾਲ ਬਹੁਤ ਸੇਵਾ ਕਰ ਰਹੇ। ਆਹ ਜਿਹੜੇ ਫੁੱਲ ਹੁਣ ਭਾਅ ਜੀ ਨੇ ਲੈ ਕੇ ਮੇਰੇ ਗਲ 'ਚ ਪਾਏ ਆ, ਅਤੇ ਇਹ ਸਾਡੇ ਪਰਮਾਮੈਂਟ ਪਏ ਰਹਿਣੇ ਚਾਹੀਦੇ ਆ, ਅਤੇ ਅਸੀਂ ਜਿੱਤਾਂਗੇ। ਜੰਗ ਜਾਰੀ ਰੱਖੀ ਆ, ਅਤੇ ਬੈਸਟ ਵਿੱਚ ਆਪਾਂ ਇੱਦਾਂ ਦੇ ਕੰਮ ਕਰਕੇ ਦਿਖਾਵਾਂਗੇ ਕਿ ਦੁਨੀਆ ਨੂੰ ਪਤਾ ਲੱਗ ਜਾਏਗਾ, ਪੂਰੇ ਦੇਸ਼ ਵਿਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇੱਕ ਡੰਕਾ ਵੱਜੇਗਾ ਕਿ ਨੀਟੂ ਛੱਟਣਾ ਵਾਲਾ ਜਿਹੜਾ MLA ਬਣਿਆ, ਉਹਨੇ ਬੜੇ ਬੜੇ ਵੱਡੇ ਕੰਮ ਕਰਕੇ ਦਿਖਾ ਦਿੱਤੇ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਨਹੀਂ ਕਰ ਸਕਦੇ। ਇੱਕ ਗੱਲ ਕਰੀਏ, ਹੁਣ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਤੇ CM ਸਾਹਿਬ ਖੁਦ ਇੱਥੇ ਰਹਿਣ ਆ ਗਏ, ਉਸ ਤੋਂ ਇਲਾਵਾ ਜਿਹੜੇ ਕੈਬਨਿਟ ਮੰਤਰੀ ਹੈ ਉਹਨਾਂ ਨੂੰ ਵਾਰਡ ਬਣਤੇ ਗਏ ਆ, ਤੇ ਤਗੜਾ ਕੰਪੀਟੀਸ਼ਨ ਲੱਗ ਰਿਹਾ, ਕਿਦਾਂ ਦੇਖਦੇ ਹੋ ਕਿ CM ਸਾਹਿਬ? ਦੇਖੋ, ਉਹ ਸਾਰੇ ਡਰੇ ਪਏ ਆ ਕਿ ਨੀਟੂ ਦੇ ਅੱਗੇ ਖੜੇ ਹੋਣਾ। ਨੀਟੂ ਇੱਕ ਉਹ ਬੰਦਾ ਵਾ, ਉਹ ਸ਼ਖਸ ਹੈ ਕਿ ਦੁਨੀਆ ਦੇ ਵਿੱਚ ਉਹਦੇ ਮੁਕਾਬਲਾ ਕੋਈ ਨਹੀਂ ਹੋ ਸਕਦਾ। ਔਰ ਵੱਡੇ ਵੱਡੇ ਲੀਡਰ ਮੇਰੇ ਕੋਲ ਫੋਨ ਆਉਂਦੇ, ਭਾਅ ਜੀ ਤੁਸੀਂ ਨਾ ਵੋਟਾਂ 'ਤੇ ਖੜੇ ਹੋ, ਭਾਅ ਜੀ ਤੁਸੀਂ ਪੈਸੇ ਲੈ ਲਓ, ਭਾਅ ਜੀ ਤੁਸੀਂ ਇਉਂ ਕਰ ਲਓ, ਭਾਅ ਜੀ ਤੁਸੀਂ ਇਉਂ ਕਰ ਲਓ, ਇੱਦਾਂ ਕਿਆ ਹੋ ਸਕਦਾ ਯਾਰ? ਇੱਦਾਂ ਦੇਖੋ, ਮੈਂ ਰੋਂਦੇ ਨੇ ਕਿਹਾ ਤਾ ਮੇਰੇ ਕੋਲ ਪੈਸੇ ਆ ਜੀ, ਮੈਂ ਚੱਲਿਆ ਜੀ, ਮੈਂ ਮਰ ਗਿਆ, ਮੈਂ ਫਲਾਣ ਹੋ ਗਿਆ। ਲੋਕਾਂ ਨੇ ਮਦਦ ਕੀਤੀ, ਲੋਕ ਰੱਬ ਵਰਗੇ ਜਿਹੜੇ ਬੈਸਟ ਵਿੱਚ ਬੰਦੇ ਰੱਬ ਵਰਗੇ ਵਸਦੇ ਨਾ, ਮੈਂ ਉਹਨਾਂ ਨੂੰ ਕਹਿੰਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਦੇਖੋ, ਮੈਂ ਕਹਿੰਦਾ ਜੀ ਵੋਟ ਮੈਨੂੰ ਪਾਓ ਜਾਂ ਨਾ ਪਾਓ, ਪਰ ਜਿੰਨੇ ਮਨੁੱਖ ਉਹਨੇ ਰੁੱਖ, ਇੱਕ ਬੰਦਾ ਮਰਦਾ ਵਾ 5 ਕੁਇੰਟਲ ਬਾਲਣ ਲੈ ਕੇ ਆਪਣੇ ਚੱਲ ਜਾਂਦਾ ਵਾ। ਔਰ ਦੇਖੋ ਪੰਜਾਬ 'ਚ, ਇੰਡੀਆ 'ਚ, ਪੂਰੇ ਭਾਰਤ ਦੇਸ਼ ਪਾਣੀ ਘੱਟ ਰਿਹਾ, ਕੋਈ ਪੌਦੇ ਨਹੀਂ ਲਗਾ ਰਿਹਾ, ਕੋਈ ਇੱਦਾਂ ਦੀ ਸਬਸਿਡੀ ਨਹੀਂ ਕਰ ਰਿਹਾ। ਮੈਂ ਹਿੰਦੂ, ਮੁਸਲਿਮ, ਸਿੱਖ ਸਮਾਜ ਨੂੰ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ, ਜਿੰਨੇ ਮੰਦਰ, ਗੁਰਦੁਆਰੇ, ਗਿਰਜਾ ਘਰ, ਕਿ 1000 ਬੂਟਾ ਲਵਾਓ। ਕਿਉਂਕਿ ਜੇ ਬੂਟਾ ਰੁੱਖ ਲੱਗੇਗਾ ਜਾਂ ਜੜ ਲੱਗੇਗੀ, ਪਿੱਪਲ ਲਵਾਓ, ਪੌਦੇ ਲਵਾਓ, ਸਾਰੇ ਪਾਸੇ ਹਰ ਜਗ੍ਹਾ ਬੂਟੇ ਲਾਓ, ਤਾਂ ਕਿ ਸਾਡੇ ਪੰਜਾਬ ਦਾ ਪਾਣੀ ਜਿਹੜਾ ਧਰਤੀ ਤੋਂ ਥੱਲੇ ਜਾ ਰਿਹਾ, 1000 ਫੁੱਟ ਡੂੰਘਾ ਪਹਿਲਾਂ ਚੱਲ ਗਿਆ ਵਾ, ਕਿ ਬਹੁਤਾ ਡੂੰਘਾ ਚੱਲ ਗਿਆ। ਉਸ ਤੋਂ ਬਾਅਦ ਇਹਨਾਂ ਨੇ ਕਹਿਣਾ ਬੱਤੀ ਦੇਣੀ ਬੰਦ ਕਰ ਦੇਣੀ, ਕਿਉਂਕਿ ਬੱਤੀ ਵੇਚਦੇ ਆ।
ਉਹ ਸਾਰੇ ਲੋਕਾਂ ਨੂੰ ਪਤਾ ਵੀ ਜਿੰਨੇ ਕੁ ਕਪਟਰ ਹੈਗੇ ਬੰਦੇ। ਆਪਾਂ ਇਮਾਨਦਾਰ ਆ ਜੀ, ਮੇਰੇ ਤੋਂ ਵੱਡਾ ਇਮਾਨਦਾਰ ਦੁਨੀਆ 'ਚ ਨਹੀਂ ਹੈਗਾ। ਪਰ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਵਾ ਵੀ ਮੇਰੀ ਹੱਥ ਜੋੜ ਕੇ ਬੇਨਤੀ, ਤੁਸੀਂ ਬੈਸਟ ਵਾਲਿਓ, ਇੱਕ ਵਾਰੀ ਮੈਨੂੰ ਵੋਟ ਪਾ ਕੇ ਮੈਨੂੰ ਜਿਤਾ ਦਿਓ। ਕਿੱਦਾਂ ਦੇਖਦਾ ਵੈ, ਕਿਉਂਕਿ ਆਮ ਆਦਮੀ ਪਾਰਟੀ ਨੇ ਪੂਰੀ ਇੱਥੇ ਟੀਮ ਲਗਾ ਦਿੱਤੀ ਹੋਈ ਹੈ, ਉਧਰ ਪਾਸੇ ਬੀਜੇਪੀ ਦੇ ਕਾਫੀ ਸਟਾਰ ਪ੍ਰਚਾਰਕ ਆਣੇ ਆ, ਕਾਂਗਰਸ ਦੇ ਵੀ ਵੱਡੇ ਵੱਡੇ ਲੀਡਰ ਚਾਹੇ ਚਰਨਜੀਤ ਚੰਨ, ਸਾਡੇ ਵੀ ਆ ਰਿਹਾ ਜੀ, ਬੀਬੋ ਪੂ ਆ ਰਹੀ ਆ, ਟਾਇਆ ਟਲੀਰਾਮ ਆ ਰਿਹਾ, ਭੋਲਾ ਕਮੇਡੀਅਨ ਆ ਰਿਹਾ, ਭਾਬੀ ਚੁੰਮੇ ਵਾਲੀ ਆ ਰਹੀ ਹੈ, ਸਾਡੇ ਵੀ ਵੱਡੇ ਵੱਡੇ ਪ੍ਰਚਾਰਕ ਬੁਲਾਏ ਜਾ ਰਹੇ ਬਾਹਰ ਦੇਸ਼ਾਂ 'ਚ, ਹਿੰਦੁਸਤਾਨ ਦੇ ਵਿੱਚ, ਪਰ ਦੇਸ਼ ਦੇ ਵਿੱਚ, ਇਸ ਦੇਸ਼ ਦੇ ਵਿੱਚ ਡੰਕਾ ਵੱਜੇਗਾ ਕਿ ਨੀਟੂ ਸ਼ਟਾਂ ਵਾਲਾ ਜਿੱਤੇਗਾ। ਜਿਹੜੀਆਂ ਕਮੀਆਂ ਇੱਥੇ, ਐਮ ਪੀ ਵੀ ਜਿੱਤੇ, ਐਮ ਐਲ ਏ ਵੀ ਜਿੱਤੇ, ਪਰ ਕਿਸੇ ਨੇ ਪਾਣੀ ਦਾ ਵਿਕਾਸ ਨਹੀਂ ਕੀਤਾ, ਸੀਵਰੇਜ ਦਾ ਵਿਕਾਸ ਨਹੀਂ ਕੀਤਾ, ਬਿਜਲੀ ਦੀ ਬੜੀ ਸਮੱਸਿਆ ਵਾ, ਔਰ ਲੋਕ ਪਰੇਸ਼ਾਨ ਆ, ਇਹਨਾਂ ਲੋਕਾਂ ਤੋਂ ਦੁਖੀ ਹੋ ਗਏ ਆ। ਉਹਨਾਂ ਨੇ ਹੁਣ ਮੈਨੂੰ ਕਹਿ ਦਿੱਤਾ ਵੀ ਖੁੱਲ੍ਹਾ ਫਤਵਾ ਜਾਰੀ ਹੈ, ਨੀਟੂ ਸ਼ਟਰਾਂ ਨੂੰ ਵੋਟ ਪਾਉਣੀ ਹੈ, ਹੋਰ ਆਪਾਂ ਕਿਸੇ ਪਾਰਟੀ ਨੂੰ ਨਹੀਂ ਪਾਉਣੀ। ਦੇਖੋ ਨਵੇਂ ਬੰਦੇ ਨੂੰ, ਬਾਹਰਲੇ ਬੰਦੇ ਨੂੰ ਕਿੱਦਾਂ ਮੌਕਾ ਦੇ, ਡਿਪਟੀ ਮੇਅਰ ਬਾਹਰਲੇ ਬੰਦੇ ਨੂੰ ਮੌਕਾ ਕਿੱਦਾਂ ਦੇ ਸਕਦਾ, ਜਿਹੜਾ ਸਾਡੇ ਵਰਗੇ ਨੌਜਵਾਨ ਸੂਝਵਾਨ ਬੈਠੇ ਬੰਦੇ ਦੇ, ਇੰਨੇ ਇੰਟੈਲੀਜੈਂਟ ਬੈਠੇ, ਇੰਨੇ ਵਧੀਆ ਬੰਦੇ ਬੈਠੇ, ਇਮਾਨਦਾਰ, ਸ਼ਰੀਫ ਅਤੇ ਲੋਕਾਂ ਦੀ ਗੱਲ ਕਰਨ ਵਾਲੇ, ਲੋਕਾਂ ਦੀ ਗੱਲ ਰੱਖਣ ਵਾਲੇ, ਬੈਸਟ ਵਾਲੇ ਨੂੰ ਹੋਰ ਕੀ ਚਾਹੀਦਾ, ਬੈਸਟ ਵਾਲੇ ਰੱਬ ਵਰਗੇ ਬੰਦੇ ਆ ਉਹਨਾਂ ਨੇ। ਮੈਂ ਕਿਹਾ ਜੀ ਦੇਖੋ ਵਿਧਾਨ ਸਭਾ ਸਾਡੀ ਗੱਲ ਕਰੇਗੀ ਵੀ ਇੰਡੀਆ ਦੇ ਭਾਰਤ ਦੇਸ਼ ਦੇ ਵਿੱਚ ਇੱਕ ਬੰਦਾ ਆਇਆ, ਇਸ ਬੰਦੇ ਨੂੰ ਬਹੁਤ ਅੱਗੇ ਲੈ ਕੇ ਜਾਣਾ, ਇਹਦੀ ਸੋਚ ਬਹੁਤ ਵਧੀਆ ਵਾ, ਅਤੇ ਜੇ ਮੈਂ ਕਿਤੇ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾਂ, ਮੈਂ ਨਰਿੰਦਰ ਮੋਦੀ ਸਾਹਿਬ ਦੇ ਅੱਗੇ ਬੇਨਤੀ ਕਰਨਾ ਹੱਥ ਜੋੜ ਕੇ ਕਿ ਜੇ ਮੈਂ ਪ੍ਰਧਾਨ ਮੰਤਰੀ 4 ਘੰਟੇ ਵਾਸਤੇ ਬਣ ਗਿਆ ਤਾਂ ਸਮਝ ਲਓ ਇੰਡੀਆ ਅਮੀਰ ਹੋ ਜਾਏਗਾ। ਦੇਖੋ ਬੈਸਟ ਬਹੁਤ ਵੱਡਾ ਮੁੱਦਾ ਇਹ, ਚਾਹਣ ਤੇ ਪੀ ਸੀ ਆਰ ਵਾਲੇ ਨੂੰ ਕਹਿ ਕੇ, ਪੁਲਿਸ ਨੂੰ ਕਹਿ ਕੇ ਸਕੰਜਾ ਟੈਡ ਕਰ ਸਕਦੇ, ਪਰ ਇਹਨਾਂ ਲੋਕਾਂ ਨੇ ਕੀਤਾ ਨਹੀਂ। ਕਿਉਂ ਨਹੀਂ ਕੀਤਾ? ਕਿਉਂਕਿ ਕੁਝ ਲੀਡਰ ਲੋਕ ਸਾਡੇ ਜਿਹੜੇ ਹੱਥ ਮਿਲਾ ਲੈਂਦੇ ਆ, ਹੱਥ ਮਿਲਾਉਣ ਤੋਂ ਬਾਅਦ ਨਾ ਸਾਡੀ ਗੱਲ ਸੁਣਦੇ ਨਾ ਕਰਦੇ। ਪਰ ਨੀਟੂ ਸ਼ਟਰਾਂ ਵਾਲਾ ਇੱਕ ਇਮਾਨਦਾਰ ਅਫਸਰ ਹੈ, ਇਮਾਨਦਾਰ ਬੰਦਾ ਵਾ, ਇਮਾਨਦਾਰ ਅਫਸਰਾਂ ਰਹੇਗਾ, ਇਮਾਨਦਾਰ ਅਫਸਰਾਂ ਨਾਲ ਰਹਿ ਕੇ ਕੰਮ ਕਰੇਗਾ, ਬੈਸਟ ਨੂੰ ਚੰਡੀਗੜ੍ਹ ਬਣਾਏਗਾ। ਜੇ ਨਾ ਬਣਾ ਸਕਿਆ ਤਾਂ ਜੁੱਤੀਆਂ ਮੇਰੇ ਤਿਆਰ ਰੱਖਿਓ, ਉਹੀ ਜੁੱਤੀਆਂ ਦਾ ਹਾਰ ਮੈਂ ਆਪਣੇ ਗੱਲ 'ਚ ਪਾਊਂਗਾ, ਕਿਸੇ ਨੇ ਨਹੀਂ ਕਹਿਣਾ। ਪਰ ਮੈਂ ਕਹਿੰਦਾ ਜੇ ਤੁਸੀਂ ਮੈਨੂੰ ਵੋਟ ਨਹੀਂ ਪਾਉਣੀ ਚਾਹੁੰਦੇ ਤਾਂ ਇੱਕ ਮੇਰੀ ਛੋਟੀ ਜਿਹੀ ਬੇਨਤੀ ਹੈ ਵੀ ਰੁੱਖ ਜ਼ਰੂਰ ਲਾ ਦਿਓ, ਕਿਉਂਕਿ ਸਾਡੀ ਆਉਣ ਵਾਲੀ ਜਿਹੜੇ ਬੱਚੇ ਆ ਉਹਨਾਂ ਦੇ ਵਾਸਤੇ ਪਾਣੀ ਨਹੀਂ ਰਹਿਣਾ, ਇਹਨਾਂ ਮੰਤਰੀਆਂ ਤਾਂ ਲੁੱਟ ਕੇ ਖਾ ਜਾਣਾ। ਅਤੇ ਜੇ ਤੁਸੀਂ ਮੈਨੂੰ ਇੱਕ ਮੌਕਾ ਦੇ ਦਿੱਤਾ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡੇ ਸ਼ਹਿਰ ਨੂੰ ਚੰਡੀਗੜ੍ਹ ਨਾ ਬਣਾ ਸਕਿਆ ਅਤੇ ਜੁੱਤੀਆਂ ਲਾ ਲਾ ਕੇ ਮਾਰਿਓ ਮੇਰੇ ਸਿਰ 'ਚ, ਵਧੀਆ ਕੰਮ ਕਰਨ ਵਾਲਾ ਬੰਦਾ। ਦੇਖੋ ਕਦੀ ਮੈਨੂੰ ਸਲਮਾਨ ਖਾਨ ਦਾ ਫੋਨ ਆਉਂਦਾ, ਕਦੀ ਮੈਨੂੰ ਸ਼ਾਹਰੁਖ ਖਾਨ ਦਾ ਆਉਂਦਾ, ਕਦੀ ਅਮਿਤਾਭ ਬੱਚਨ ਦਾ ਆਉਂਦਾ, ਵੱਡੇ ਵੱਡੇ ਲੀਡਰਾਂ, ਸਿੰਗਰਾਂ ਦੇ, ਵੱਡੇ ਵੱਡੇ ਬੰਦਿਆਂ ਦੇ ਅਹੁਦਿਆਂ ਦੇ ਫੋਨ ਆਉਂਦੇ ਆ ਵੀ ਭਾਈ ਤੁਸੀਂ ਸੀਟ ਛੱਡ ਦਿਓ ਅਤੇ ਪੈਸੇ ਬੋਲੋ ਕਿੰਨੇ ਲੈਣੇ। ਪਰ ਨੀਟੂ ਬਕਾਊ ਨਹੀਂ ਹੈਗਾ, ਨੀਟੂ ਇਮਾਨਦਾਰ ਬੰਦਾ, ਨੀਟੂ ਬਾਲੀਵੁੱਡ ਦੇ ਵਿੱਚ ਜਾ ਰਿਹਾ, ਨੀਟੂ ਦੀਆਂ 12-13 ਫਿਲਮਾਂ ਵੀ ਆ ਰਹੀਆਂ, ਹੀਰੋ ਸੇ ਬਣ ਗਿਆ ਜੀਰੋ ਉਹ ਫਿਲਮ ਵੀ ਆ ਰਹੀ ਹੈ, ਨੀਮ ਸੱਸ ਕੁੱਟਣੀ ਪਾਰਟ 2 ਫਿਲਮ ਦੇਖ ਲਓ ਟੌਪ 'ਤੇ ਲੱਗੀ ਹੈ, ਕਿੱਥੇ ਦਲਜੀਤ ਦੀ ਫਿਲਮ ਜੱਟ ਜੂਲੀਅਰ, ਅੱਜ ਫਿਲਮ ਫਲੋਪ ਕਿਉਂ ਹੋਈ? ਇਹਦਾ ਵੱਡਾ ਕਾਰਨ ਕੀ ਸੀਗਾ ਕਿ ਜਿਹੜਾ ਨਾਮ ਇੰਡਸਟਰੀ ਦੇ ਵਿੱਚ ਜੱਟ ਜੂਲੀਅਰ ਫਿਲਮ ਸੁਪਰ ਤੋਂ ਸੁਪਰ ਡੁਪਰ ਜਾਂਦੀ ਹੈ, ਕਿਉਂ ਫਿਟ ਕਿਉਂ ਨਹੀਂ ਫਿਟਿੰਗ ਬੈਠੀ,
ਕਿਉਂਕਿ ਉਹਦਾ ਇੱਕ ਬਹੁਤ ਵੱਡਾ ਉਹਦਾ ਵੱਡਾ ਇੱਕ ਕਾਰਨ ਸੀਗਾ। ਔਰ ਜੇ ਮੈਂ ਗੱਲ ਕਰਨਾ ਚਾਹੁੰਦਾ ਹੁਣ ਤੁਹਾਨੂੰ ਇੱਕ ਮੈਂ ਗਾਣਾ ਸੁਣਾਊਂਗਾ, ਨਸ਼ੇ ਉੱਤੇ ਮੈਂ ਲਿਖਿਆ ਸੀਗਾ ਜੀ, ਤਹਿਸ ਮਹਿਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ, ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ, ਵੰਸ਼ ਬਚਾਉਣਾ ਮੁਸ਼ਕਿਲ ਹੋ ਗਿਆ ਨਸ਼ੇ ਹਥਿਆਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ, ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ, ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ, ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ, ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਸੋਡੇ ਖਾਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ, ਬਹੁਤ ਕਰਦੇ ਸਾਨੂੰ ਤੇ ਸਾਨੂੰ ਵੋਟ ਵੀ ਪਾਣਗੇ, ਸਾਨੂੰ ਪੂਰਾ ਬੈਸਟ ਦੇ ਇਲਾਕਾ ਵਾ ਜੀ। ਬੈਸਟ ਵਾਲਿਆਂ ਨੇ ਪਹਿਲਾਂ ਕਿਹਾ ਤਾ ਵੀ ਵੋਟ ਜਿੰਨੀ ਐਤਕੀ ਨੀਡੂ ਨੂੰ ਪਾਣੀ ਹੈ, ਆਪਾਂ ਕਿਸੇ ਨੂੰ ਨਹੀਂ ਮੰਨਦੇ, ਹੋਰ ਜਿਹੜਾ ਮਰਜ਼ੀ ਹੈ, ਜਿਹੜਾ ਸਾਡੇ ਨਾਲ ਆ ਹਮੇਸ਼ਾ ਝੜਿਆ, ਇਹ ਦੇਖ ਲਓ ਸਾਰੀਆਂ ਪਾਰਟੀ ਸਾਡੇ ਨਾਲ ਰਹਿੰਦੀਆਂ ਨੇ, ਝੜਨਾ ਕਿੱਦਾਂ ਵਾ ਇਹ ਲੋਕਾਂ ਦੱਸਣਾ, ਕਿਉਂਕਿ ਆਉਣ ਵਾਲਾ ਇਹਨਾਂ ਦਾ MLA ਨੀਡੂ ਛੱਤਰਾਂ ਵਾਲਾ ਹੀ ਆ, ਉਹ ਲੋਕਾਂ ਨੇ ਜ਼ਾਹਰ ਕਰ ਦਿੱਤਾ, ਜਿੰਨਾ ਮਰਜ਼ੀ ਪੈਸਾ ਜੋ ਦਿੰਦੇ ਲੈ ਲਓ, ਇਹਨਾਂ ਕੋਲ ਪੈਸਾ ਦਿੰਦੇ ਆ, ਜੋ ਦਿੰਦੇ ਆ ਰਾਸ਼ਨ ਦਿੰਦੇ ਲੈ ਲਓ, ਵੋਟ ਤੁਸੀਂ ਪਤਾ ਤੁਹਾਨੂੰ ਕਿੱਧਰ ਪਾਉਣੀ ਹੈ। 12 ਨੰਬਰ ਬਟਨ ਹੈ, 4 ਨਿਸ਼ਾਨ ਬੈਟ ਵਾ, ਯਾਦ ਰੱਖਣਾ ਹੈ ਇਹ, ਮੈਂ ਤੁਹਾਨੂੰ ਰੋਜ਼ ਯਾਦ ਕੰਟੀਨਿਊਸ ਕਰਾਉਂਦਾ ਰਹੂੰਗਾ। ਪਰ ਮੇਰੀ ਕੱਲ੍ਹ ਦੀ ਜਿਹੜੀ ਸਕੀਮ ਹੈ ਨਾ, ਮੇਰੀ ਬੀਬੋ ਪੂ ਆ ਰਹੀ ਹੈ ਕੱਲ੍ਹ ਹੀ ਹੈ ਪਰਸੋਂ, ਅਤੇ ਫਿਰ ਟਾਇਰ ਟੈਲੀਗ੍ਰਾਮ ਆ ਰਿਹਾ, ਭੋਲਾ ਕਮੇਡੀਅਨ ਆ ਰਿਹਾ, ਫਿਰ ਭਾਬੀ ਚੁੰਮੇ ਵਾਲੀ ਆਏਗੀ। ਇਸ ਇੰਡੀਆ ਦੇ ਭਾਰਤ ਦੇਸ਼ ਦੇ ਵਿੱਚ ਕਲਾਕਾਰਾਂ ਦੀ ਕੋਈ ਕਮੀ ਨਹੀਂ, ਸਾਡੇ ਤੋਂ ਉੱਤੇ ਕਲਾਕਾਰ ਹੈ ਨਹੀਂ, ਵੈਸੇ ਅਸੀਂ ਤਾਂ ਸੁਰਾਂ ਦੇ ਬਾਦਸ਼ਾਹ ਵਾਂ, ਅਸੀਂ ਵੱਜਦੀਆਂ ਸੁਰਾਂ ਤੱਕ ਚਲੇ ਜਾਣਾ ਵਾ। ਖੈਰ ਲੋਕਾਂ ਅੱਗੇ ਬੇਨਤੀ ਕਰਦੇ, ਇੱਕ ਵਾਰੀ MLA ਬਣਾਓ ਅਤੇ ਪੰਜਾਬ ਵਿੱਚ ਆਪਾਂ ਫਿਲਮਾਂ ਵੱਡੀਆਂ ਬਣਾਓ।